ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਅੱਜ ਦੇ ਵਲੋਗ ਵਿੱਚ ਤੁਹਾਨੂੰ ਦੱਸਾਂਗੇ ਜੀ ਆਪਾਂ ਕਮੀਜ਼ ਦੀ ਕਟਿੰਗ ਬਾਰੇ। ਹਾਂਜੀ, ਮੇਰੀਆਂ ਬਹੁਤ ਸਾਰੀਆਂ ਭੈਣਾਂ ਦੇ ਫੋਨ ਆਏ ਸੀਗੇ ਜੀ, ਅਤੇ ਉਹਨਾਂ ਨੇ ਇਹੀ ਪੁੱਛਿਆ ਮੇਰੇ ਤੋਂ, ਦੀਦੀ ਸਾਨੂੰ ਕਮੀਜ਼ ਦੀ ਕਟਿੰਗ ਬਾਰੇ ਦੱਸੋ। ਅਤੇ ਹਾਂਜੀ, ਉਹਨਾਂ ਦੇ ਵਿੱਚੋਂ ਇੱਕ ਮੇਰੀ ਅਮਰਜੀਤ ਭੈਣ ਹੈ ਜੀ, ਜਿਨ੍ਹਾਂ ਨੇ ਆਪਾਂ ਨੂੰ ਪੁੱਛਿਆ ਸੀਗਾ ਲੰਬਾਈ 43 ਇੰਚ ਹੈ ਜੀ, ਅਤੇ ਮੋਢਾ ਆਪਣਾ ਹੈਗਾ ਏ 8, ਅਤੇ ਆਪਣੀ ਜਿਹੜੀ ਛਾਤੀ ਕੋਲ ਜੀ ਉਹ 25 ਆ, ਅਤੇ ਫਿਟਿੰਗ 24 ਆ, ਅਤੇ ਹਿੱਪ ਵੀ ਆਪਣੀ 24 ਆ। ਹਾਂਜੀ ਅਮਰਜੀਤ ਭੈਣ ਜੀ, ਜਿਹੜਾ ਆਪਣਾ ਛਾਤੀ ਹੁੰਦੀ ਆ 25, ਉਹਦਾ ਜੀ ਮੋਢਾ 8 ਨਹੀਂ ਹੁੰਦਾ। ਅਤੇ ਨਾਲੇ ਜੀ ਤੁਸੀਂ ਇਹ ਵੀ ਕਿਹਾ ਵੀ ਇਹਦਾ ਜਿਹੜਾ ਤੀਰਾ ਏ ਅਤੇ ਉਹ 15 ਏ। ਹਾਂਜੀ, 15 ਤੀਰਾ ਵੀ ਨਹੀਂ ਹੋ ਸਕਦਾ, ਜੇ ਤੁਹਾਡਾ ਬੈਨ ਵਾਲਾ ਗਲਾ ਏ ਤਾਂ ਉਹਦਾ ਤੀਰਾ 15 ਹੋ ਸਕਦਾ ਏ, ਅਤੇ ਪਰ ਜੇ ਆਪਣਾ ਗਲਾ ਚੁੜੀਵਾ ਜਾਂ ਕਟਾਈ ਵਾਲਾ ਤਾਂ ਉਹ 15 ਨਹੀਂ ਹੋ ਸਕਦਾ, ਉਹ ਆਪਣਾ ਹੱਥ 13 ਹੀ ਹੁੰਦਾ ਏ ਜੀ, ਜਾਂ ਨੋਰਮਲ ਆਮ 12 ਰੱਖਦੇ ਹਾਂ ਆਪਾਂ, ਜਿਵੇਂ ਮਰਜ਼ੀ ਹੈਵੀ ਹੋਵੇ। ਹਾਂਜੀ, ਜਿਸ ਤਰ੍ਹਾਂ ਆਪਣਾ ਇਹ ਕਮੀਜ਼ ਆ, ਇਹਦੀ ਛਾਤੀ ਆ ਜਿਹੜੀ ਉਹ 25 ਆ ਜੀ, ਜਿਹੜਾ ਇਹਦਾ ਮੋਢਾ ਆ ਦੇਖੋ, ਮੋਢਾ ਇਹਦਾ ਆਪਣਾ ਰੱਖਿਆ ਏ ਆਪਾਂ 9.5, ਇਹ ਮੋਢਾ ਜੀ ਆਪਣਾ 9.5, 10 10, ਇਹ ਬ੍ਰਿਸ਼ਟ ਦੇ ਹਿਸਾਬ ਨਾਲ ਹੁੰਦਾ ਏ ਜੀ, ਜਾਂ ਹੱਥ 10.5 'ਤੇ ਜਾਊਗਾ, ਅਤੇ 8 ਆਪਣਾ ਮੋਢਾ ਕਦੇ ਵੀ ਨਹੀਂ ਹੋ ਸਕਦੀ, 8 ਮੋਢਾ ਆਪਣਾ ਭੀੜਾ ਹੋਊਗਾ, ਟਾਈਟ ਹੋ ਜੂਗਾ, ਉਹਦੇ ਨਾਲ ਕੀ ਆਪਣੀ ਫਿਟਿੰਗ ਆ ਜਿਹੜੀ ਉਹ ਸਹੀ ਨਹੀਂ ਆਉਣੀ ਜੀ। ਇਸ ਲਈ ਜੀ ਆਪਾਂ ਜਦੋਂ ਜਿਹੜਾ ਛਾਤੀ ਆਪਣੀ 25 ਹੁੰਦੀ ਆ, ਅਤੇ ਉਹਦਾ ਆਪਾਂ ਜਦੋਂ ਮੋਢਾ ਕਟਾਈ ਕਰਨਾ ਹੁੰਦਾ, ਉਹ ਆਪਾਂ ਇਸ ਤਰ੍ਹਾਂ ਇੰਚੀ ਟੇਪ ਨਾਲ ਨਿਸ਼ਾਨ ਲਾ ਕੇ 7.5 'ਤੇ ਰੱਖ ਕੇ ਇਸ ਤਰ੍ਹਾਂ, ਫਿਰ ਉਹਦੀ ਆਪਾਂ ਛਾਤੀ ਦੀ ਫਿਟਿੰਗ ਜਿਹੜੀ ਆ ਉਹ ਲਾ ਕੇ, ਫਿਰ ਉਸ ਹਿਸਾਬ ਨਾਲ ਆਪਾਂ ਇਸ ਤਰ੍ਹਾਂ ਗਲਾਈ ਪਾਉਣੀ ਹੁੰਦੀ ਆ, ਫਿਰ ਆਪਾਂ ਗਲਾਈ ਪਾ ਕੇ ਜੀ ਉਹਦੀ ਕਟਿੰਗ ਕਰਨੀ ਆ। ਅਤੇ ਮੋਢਾ ਆਪਣੇ ਆਪ ਹੀ ਜਿੰਨਾ ਉਹਦਾ ਆਉਣਾ ਉਹ ਆ ਹੀ ਜਾਣਾ, 9.5 10, ਹਾਂਜੀ, ਅਤੇ 8 ਮੋਢਾ ਕਦੇ ਨਹੀਂ ਹੋ ਸਕਦਾ। ਹਾਂਜੀ, ਸਲਵਾਰ ਦਾ ਜਿਹੜਾ ਤੁਸੀਂ ਕਿਹਾ ਸੀ ਜੀ ਨਾਪ, ਉਹ ਆਪਣੇ ਕੋਲ ਟਾਈਮ ਨਹੀਂ ਲੱਗਿਆ ਜੀ, ਆਪਾਂ ਬਹੁਤ ਬਿਜ਼ੀ ਸੀਗੇ। ਹਾਂਜੀ, ਉਹ ਆਪਾਂ ਸਲਵਾਰ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿਆਂਗੇ ਜੀ, ਅਤੇ ਅੱਗੇ ਵੀ ਸਾਡਾ ਵਲੌਗ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਸਿਲਾਈ ਦੇ ਰਿਲੇਟਡ ਤੁਸੀਂ ਜੋ ਵੀ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਇਸੇ ਤਰ੍ਹਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ, ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਹਾਂਜੀ, ਅੱਗੇ ਆਪਣੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ, ਲਾਈਕ ਕਰਿਆ ਕਰੋ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ। ਹਾਂਜੀ, ਜਿਸ ਦੇ ਨਾਲ ਕਿ ਜੀ ਸਾਨੂੰ ਤੁਹਾਡੀ ਸਾਡੀਆਂ ਵੀਡੀਓ ਵੇਖਾਂਗੇ ਜੀ, ਸਾਨੂੰ ਮੋਟੀਵੇਸ਼ਨ ਮਿਲ ਸਕੇ, ਅਤੇ ਜੀ ਅਸੀਂ ਤੁਹਾਡੇ ਲਈ ਹੋਰ ਵੱਧ ਤੋਂ ਵੱਧ ਵੀਡੀਓ ਲੈ ਕੇ ਆਈਏ ਜੀ, ਜਿਹੜੀਆਂ ਕਿ ਮੇਰੀਆਂ ਭੈਣਾਂ ਮੇਰੀਆਂ ਵੀਡੀਓ ਦੇਖ ਕੇ ਸਿੱਖ ਸਕਣ, ਘਰ ਵਿੱਚ ਬੈਠੀਆਂ ਜਿਹੜੀਆਂ ਭੈਣਾਂ ਮੇਰੀਆਂ ਉਹ ਵੀ ਮੇਰੀਆਂ ਵੀਡੀਓ ਦੇਖ ਕੇ ਜੀ ਸਿਲਾਈ ਦਾ ਕੰਮ ਸਿੱਖ ਸਕਣ। ਹਾਂਜੀ, ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।